चैप्टर नंबर 4 डिटरमिनेंट्स दी एक्सरसाइज 4.2 करनी है। अपना टॉपिक है एरिया ऑफ ए ट्रायंगल। एरिया ऑफ ए ट्रायंगल मैं उदो भी कह के गई सी, दसवीं च आप किया उदो अपन कह दें कि कोऑर्डिनेट्स दिते होंगे एक्स वन वाई वन एक्स टू वाई टू एक्स थ्री ते वाई थ्री। अजकल उन्होंने सिलेबस चो कटता है, पर पहला हुंदा सी एरिया ट्रायंगल च आपां कोऑर्डिनेट्स दिते सी तां आपां किवें करदे सी, एक बटे दो दे पूरा ट्रायंगल दा करदे सी। हुण इसे चीज नूं आपां डिटरमिनेंट दे रूप च करना है किवें, बस दिखाण दा तरीका ही अलग है, गल तां सेम ही है। आ डिटरमिनेंट हुंदा, ठीक है, डिटरमिनेंट च किन्नियां रोल्स हुंदियां, तीन तीन बाय थ्री दा आपां डिटरमिनेंट लैणा। जबकि आप कि दो दो है ना, हेलो एक्स वन वाई वन एक्स टू वाई टू एक्स थ्री वाई थ्री, तो फिर एक कॉलम तो खाली रह गया, तो उत्थे आप लिख देना एक। हुण इहदे बाहर क्योंकि एरिया ऑफ ट्रायंगल हाफ ना चलता है, छोटे होंदे छेवीं च भी तुसे पढ़िया हो गया एक बटे दो गुना आधार गुना नौ, त्रिभुज का क्षेत्रफल एरिया ऑफ ट्रायंगल हाफ बेस ते ऑल्टीट्यूड पढ़ते सी, उत्थे भी अगे एक बटे दो सी ना, तो इस करके एक बटे। हुण इहनूं दिखाया किवें जांदा है डिटरमिनेंट वाले एरिया ऑफ ट्रायंगल नूं, ट्रायंगल इहदा मतलब है एरिया ऑफ ए ट्रायंगल, समझ लग गई, तरीका पता चल गया। हुण आपां इक क्वेश्चन करांगे, ਹੁਣ ਕਹਿੰਦਾ ਬਸ ਵਰਟੀਸਿਸ ਦਿੱਤੇ ਆ ਇੱਕ ਜੀਰੋ, ਇਹ ਤੁਹਾਡੀ ਬੁੱਕ ਦਾ ਪਹਿਲੇ ਦਾ ਪਹਿਲਾ ਪਾਰਟ ਹੈ, ਛੇ ਜੀਰੋ ਤੇ ਚਾਰ ਕੋਮਾ ਆ ਦਿੱਤੇ, ਠੀਕ ਹੈ ਜੀ। ਹੁਣ ਆਪਾਂ ਏਰੀਆ ਆਫ ਏ ਟ੍ਰਾਇੰਗਲ ਇਜ਼ ਇਕੁਅਲ ਟੂ ਹਾਫ, ਪਹਿਲਾਂ ਕੀ ਲਿਖੂੰਗੀ ਐਕਸ ਵਨ ਇੱਕ ਜੀਰੋ ਐਕਸ ਵਨ ਵਾਈ ਵਨ, ਫਿਰ ਛੇ ਜੀਰੋ ਤੇ ਫਿਰ ਚਾਰ ਇੱਕ ਇੱਕ। ਹੁਣ ਤੁਸੀਂ ਮੈਨੂੰ ਸੋਲਵ ਕਰਨ ਲਈ ਦੱਸਣਾ ਹੈ, ਦੱਸੋ ਕਿਹੜੀ ਰੋ ਕਾਲਮ ਨਾਲ ਕਰੀਏ, ਇਹ ਪਹਿਲੀ ਰੋ ਪਹਿਲਾ ਕਾਲਮ, ਪਹਿਲੀ ਰੋ। ਮੈਂ ਤੁਹਾਨੂੰ ਕਿਹਾ ਸੀ ਡਿਟਰਮੀਨੈਂਟ ਦੀਆਂ ਤਿੰਨ ਰੋਜ਼ ਹਨ, ਕਿੰਨੇ ਕਾਲਮਸ ਹਨ, ਤਿੰਨ। ਜਿਹੜੀ ਮਰਜ਼ੀ ਰੋ ਨਾਲ ਜਾਂ ਜਿਹੜੇ ਮਰਜ਼ੀ ਕਾਲਮ ਨਾਲ ਕਰ ਸਕਦੇ ਹਾਂ, ਜਵਾਬ ਕੀ ਆਊਗਾ ਸੇਮ। ਹੁਣ ਦੱਸੋ ਜਿੰਨਾ ਸੌਖਾ, ਜੇ ਸੌਖਾ ਦੇਖੀਏ ਤਾਂ ਆਹ ਕਾਲਮ ਨਾਲ ਕਰਾਂਗੇ ਤਾਂ ਸੌਖੀ ਹੈ, ਕਿਉਂ ਕਿਉਂਕਿ ਇਹਦੇ ਚ ਦੋ ਐਂਟਰੀਆਂ ਤਾਂ ਕਿੰਨੀਆਂ ਹੈ ਜੀਰੋ। ਹੁਣ ਜੀਰੋ ਨੂੰ ਜਿੰਦੇ ਨਾਲ ਮਰਜ਼ੀ ਗੁਣਾ ਕਰ ਲਓ ਜਵਾਬ ਤਾਂ ਜੀਰੋ ਹੀ ਆਉਣਾ, ਇਸਦਾ ਮਤਲਬ ਕੱਲੀ ਆਹ ਤਿੰਨ ਵਾਲੀ ਐਂਟਰੀ ਚੱਕਣੀ ਹੈ ਨਾ। ਪਰ ਜੇ ਤੁਹਾਨੂੰ ਆਦਤ ਬਣੀ ਹੈ ਪਹਿਲੀ ਰੋ ਦੀ ਤਾਂ ਫਿਰ ਉਸੇ ਨਾਲ ਕਰੋ, ਗਲਤੀ ਨਹੀਂ। ਹੁਣ ਤੁਸੀਂ ਮੈਨੂੰ ਦੱਸੋ ਆਪਾਂ ਆਹ ਕਾਲਮ ਚੱਕੀਏ ਕਿ ਪਹਿਲੀ ਰੋ ਨਾਲ ਚੱਲੀਏ, ਪਹਿਲੀ ਰੋ ਨਾਲ ਚੱਲੀਏ। ਚਲੋ ਇੱਕ ਬਟੇ ਦੋ ਇੱਕ ਹੈ ਨਾ, ਇਹਨਾਂ ਨਿਸ਼ਾਨ ਇਹ ਵਨ ਵਨ ਹੈ, ਯਾਨੀ ਕਿ ਮਾਈਨਸ ਵਨ ਦੀ ਪਾਵਰ ਕਿੰਨੀ ਆਊਗੀ ਟੂ, ਮਾਈਨਸ ਵਨ ਦੀ ਪਾਵਰ ਟੂ ਮਤਲਬ ਕਿੰਨਾ ਹੋ ਗਿਆ ਵਨ ਪਲੱਸ। ਹੁਣ ਇਹਦਾ ਆਪਾਂ ਕੱਢਣਾ, ਕੱਟੇ ਗਏ ਆਹ ਰਹਿ ਗਿਆ ਹਨਾ, ਕਿੰਨਾ ਆਇਆ ਜਵਾਬ ਜੀਰੋ ਏਕਮ ਜੀਰੋ ਮਾਈਨਸ ਤਿੰਨ ਏਕਮ ਤਿੰਨ, ਇਹ ਜੀਰੋ ਵਾਲੀ ਐਂਟਰੀ ਦਾ ਖਤਮ। ਅੱਗੇ ਆ ਗਿਆ ਇਹ ਵਨ ਥ੍ਰੀ, ਵਨ ਥ੍ਰੀ ਦਾ ਮਤਲਬ ਪਲੱਸ ਹਨਾ। ਹੁਣ ਇਹਦਾ ਵਨ ਤੇ ਬ੍ਰੈਕਟ ਕੀ ਆਊਗਾ ਆਹ ਤੇ ਆਹ ਕੱਟੇ ਗਏ ਆਹ ਆ ਗਿਆ ਛੇ ਜੀਰੋ ਚਾਰ ਤਿੰਨ, ਛੇ ਦੀ ਅਠਾਰਾਂ ਅਠਾਰਾਂ ਮਾਈਨਸ ਚਾਰ ਜੀਰੋ ਜਾਂ ਜੀਰੋ ਇੱਕ ਬਟੇ ਦੋ
ਇੱਥੇ ਜਵਾਬ ਕਿੰਨਾ ਹੈ -3 -3 ਨੂੰ ਕਿੰਨਾ ਗੁਣਾ ਕੀਤਾ -3 ਪਲੱਸ ਇੱਥੇ ਕਿੰਨਾ ਆਇਆ 18 ਤੇ ਜਵਾਬ ਕਿੰਨਾ ਆ ਗਿਆ 15 15 15 2 ਦੇ ਭਾੜੇ ਤੇ ਨਹੀਂ ਜਾਂਦਾ 15 2 ਜਵਾਬ ਸਮਝ ਲੱਗੀ ਪੱਕੀ ਗੱਲ ਹੈ ਤੀਜੇ ਦਾ ਪਹਿਲਾ ਭਾਗ ਹੈ ਕਹਿੰਦਾ ਏਰੀਆ ਆਫ ਅ ਟ੍ਰਾਇੰਗਲ ਆਪਾਂ ਨੂੰ ਦਿੱਤਾ ਹੈ ਕਿੰਨਾ 4 ਕਹਿੰਦਾ ਇਹ ਵਰਟੀਸਿਸ ਵਿੱਚ ਜਿਹੜੀ k ਹੈ ਉਹ ਪਤਾ ਕਰ ਹੁਣ ਫਾਰਮੂਲਾ ਉਵੇਂ ਹੀ ਹੈ ਏਰੀਆ ਆਫ ਅ ਟ੍ਰਾਇੰਗਲ ਹਾਫ ਡਿਟਰਮੀਨੈਂਟ k 0 4 0 0 2 ਤੇ 1 ਇਹ ਕਿੰਨੇ ਬਰਾਬਰ ਦਿੱਤਾ ਆਪਾਂ ਨੂੰ 4 ਬਰਾਬਰ 1/2 ਹੁਣ ਇਹਨੂੰ ਸੋਲਵ ਕਰੀਏ ਐਵੇਂ ਚੱਲੀਏ k ਠੀਕ ਹੈ ਜੀ k ਦੇ ਦੱਸੋ ਆ ਹੋਗਾ 0 ਏਕਮ 0 ਹਾਂਜੀ ਮਾਈਨਸ 2 ਏਕਮ 0 ਮਾਈਨਸ ਹਾਂਜੀ ਆ 0 ਵਾਲੀ ਰਕਮ ਹੋ ਗਈ ਪਲੱਸ 1 ਆਹਾ ਗਿਆ ਕਿੰਨਾ ਹੋਗਾ ਦੱਸੋ ਜੀ 8 4 2 8 ਮਾਈਨਸ 0 8 ਬਾਜ ਹੋ ਜੀ ਹੁਣ ਆ 2 ਕਿੱਧਰ ਜਾਊਗਾ ਇੱਧਰ ਜੀ ਇੱਧਰ ਕਿੱਧਰ ਉੱਪਰ ਹਨਾ ਬਰਾਬਰ ਆ ਕਿੰਨਾ ਗਿਆ ਮਾਈਨਸ 2 k ਪਲੱਸ 8 ਇਹ ਕਿੰਨਾ ਹੋ ਗਿਆ 8 8 ਨੂੰ ਇੱਧਰ ਹੁਣ ਦੇਖਾ ਦੋ ਰਕਮ ਹੈ ਨਾ ਤਾਂ 8 ਨੂੰ ਜਦੋਂ ਇੱਧਰ ਲੈ ਕੇ ਦਿੰਦਾ 0 ਹਾਂਜੀ ਮਾਈਨਸ 2 ਆ ਕਿੰਨਾ ਜਵਾਬ ਆ ਗਿਆ 0 ਤੇ ਆ ਮਾਈਨਸ 2 ਨੂੰ ਨਾਲ ਪੈ ਕੇ ਕਿੱਥੇ ਜਾਊਗਾ ਥੱਲੇ ਤਾਂ k ਦੀ ਵੈਲਿਊ ਕਿੰਨੀ ਆ ਗਈ 0 0 ਹੋ ਗਈ 0 ਤਾਂ k ਦਾ ਮੁੱਲ ਕਿੰਨਾ ਆ ਗਿਆ 0 ਹੁਣ ਤੁਸੀਂ ਮੈਨੂੰ ਦੱਸੋ ਕਹਿੰਦਾ ਲਾਈਨ ਦੀ ਇਕੁਏਸ਼ਨ ਦੱਸੋ ਤਾਂ ਲਾਈਨ ਦੇ ਤਾਂ ਦੋ ਹੀ ਵਰਟੀਸਿਸ ਹੁੰਦੇ ਆ ਇੱਕ ਸ਼ੁਰੂਆਤ ਤੇ ਇੱਕ ਐਂਡ ਉਹ ਦਿੱਤਾ ਫਿਰ ਇਹ ਟ੍ਰਾਇੰਗਲ ਦਾ ਕੀ ਕਨੈਕਸ਼ਨ ਹੈ ਆਪਾਂ ਤਾਂ ਏਰੀਆ ਆਫ ਟ੍ਰਾਇੰਗਲ ਦਾ ਕਨਸੈਪਟ ਪੜ੍ਹੀ ਜਾਂਦੇ ਆ ਵਿੱਚ ਲਾਈਨ ਆ ਗਈ ਤਾਂ ਕੀ ਹਿਸਾਬ ਦਾ ਬਣਿਆ ਕੀ ਸੰਬੰਧ ਬਣਿਆ ਤੇ ਦੱਸੂਗਾ ਆਪਾਂ ਗੱਲ ਟੌਪਿਕ ਟ੍ਰਾਇੰਗਲ ਦੀ ਕਰਦੇ ਪਏ ਵੀ ਜਿਨ੍ਹਾਂ ਨੇ ਕੀ ਲਿਆ ਤਾਂ ਲਾਈਨ ਟ੍ਰਾਇੰਗਲ ਦੇ ਕਿੰਨੇ ਹੁੰਦੇ ਆ ਵਰਟੀਸਿਸ 3 3 ਕੋਨੇ ਹੁੰਦੇ ਕਿਨਾਰੇ ਤੇ ਲਾਈਨ ਦੇ ਕਿੰਨੇ ਹੁੰਦੇ ਆ 2 ਤਾਂ ਫਿਰ ਇਹ ਕੀ ਕਨੈਕਸ਼ਨ ਬਣਿਆ ਆਪਾਂ ਏਰੀਆ ਆਫ ਟ੍ਰਾਇੰਗਲ ਨਾਲ ਕਿਵੇਂ ਨੂੰ ਵਰਤ ਸਕਦੇ ਆ ਉਹਨਾਂ ਨੇ ਕਿ ਏਰੀਆ ਆਫ ਟ੍ਰਾਇੰਗਲ ਵਰਤੋ ਤੇ ਇਹਦੀ ਲਾਈਨ ਦੀ ਇਕੁਏਸ਼ਨ ਦੱਸੋ ਇਹ ਕਿਵੇਂ ਪਹਿਲੀ ਗੱਲ ਇੱਥੇ 3 ਕਿਨਾਰੇ ਆ ਇੱਥੇ ਕਿੰਨੇ ਦਿੱਤੇ ਆ 2 ਆਪਾਂ ਆਪਣੇ ਵੱਲੋਂ ਮੰਨ ਲੈਣਾ ਹੈ ਲੈਟ ਐਕਸ ਵਾਈ ਬੀ ਐਨੀ ਪੁਆਇੰਟ ਔਨ ਲਾਈਨ ਇਸ ਤੇ 2 ਹੈ ਨਾ ਏਰੀਆ ਆਫ ਟ੍ਰਾਇੰਗਲ ਲਈ ਕਿੰਨੇ ਚਾਹੀਦੇ ਆ 3 ਤਾਂ ਆਪਾਂ ਇੱਕ ਪੁਆਇੰਟ ਆਪਣੇ ਵੱਲੋਂ ਲੈ ਲਿਆ ਉਹ ਇਦਾਂ ਦਾ ਲੈ ਲਿਆ ਜਿਹੜਾ ਇਸ ਲਾਈਨ ਤੇ ਕਿਤੇ ਵੀ ਹੋ ਸਕਦਾ ਹੁਣ ਜੇ ਇਹ ਲਾਈਨ ਤਾਂ ਟ੍ਰਾਇੰਗਲ ਤਾਂ ਬਣਿਆ ਨਹੀਂ ਇਸ ਦਾ ਮਤਲਬ ਜੇ ਟ੍ਰਾਇੰਗਲ ਹੀ ਨਹੀਂ ਬਣਿਆ ਫਿਰ ਉਹਦਾ ਏਰੀਆ ਕਿੰਨਾ ਹੋਊਗਾ 0 0 ਹੋਊਗਾ ਜੇ ਟ੍ਰਾਇੰਗਲ ਬਣੂਗਾ ਤਾਂ ਉਹ ਏਰੀਆ ਕਵਰ ਕਰੂਗਾ ਖੇਤਰ ਕਵਰ ਕਰੂਗਾ ਜਦੋਂ ਟ੍ਰਾਇੰਗਲ ਹੀ ਨਹੀਂ ਬਣਿਆ ਲਾਈਨ ਹੀ ਰਹਿ ਗਈ ਤਾਂ ਉਹਦਾ ਏਰੀਆ ਕੀ ਹੋ ਜਾਊਗਾ 0 ਤਾਂ ਹੁਣ ਇੱਥੇ ਆਪਣੇ ਕੋਲ ਪੁਆਇੰਟਸ ਕੀ ਆ ਗਏ ਐਕਸ ਵਾਈ ਤੇ 1.2 ਤੇ ਇੱਕ ਕੀ ਆ ਗਿਆ 3.0 ਤਾਂ ਹੁਣ ਏਰੀਆ ਆਫ ਟ੍ਰਾਇੰਗਲ ਇੱਥੇ ਕੀ ਹੋ ਜਾਊਗਾ 0 ਕਿਉਂਕਿ ਇਹ ਟ੍ਰਾਇੰਗਲ ਤਾਂ ਬਣਿਆ ਹੀ ਪੂਰੀ ਲਾਈਨ ਹੀ ਹੈ ਜੇ ਤੀਜਾ ਕੋਆਰਡੀਨੇਟ ਆਪਾਂ ਹੋਰ ਕਿਤੇ ਲੈਂਦੇ ਫੇਰ ਆਪਾਂ ਟ੍ਰਾਇੰਗਲ ਬਣਾ ਸਕਦੇ ਸੀ ਪਰ ਆਪਾਂ ਕਹੇ ਕਿ ਆਪਾਂ ਤੀਜਾ ਕੋਆਰਡੀਨੇਟ ਇਦਾਂ ਦਾ ਲਿੱਤਾ ਜਿਹੜੀ ਉਸ ਲਾਈਨ ਦੇ ਉੱਪਰ ਹੀ ਕਿਤੇ ਖੜਾ ਫਿਰ ਉਹ ਟ੍ਰਾਇੰਗਲ ਤਾਂ ਬਣੀ ਨਹੀਂ ਠੀਕ ਹੈ ਤਾਂ ਹੁਣ ਆਪਾਂ ਵਰਤੀਏ ਟ੍ਰਾਇੰਗਲ ਚਾਹੇ ਆਪਾਂ ਆਹ ਪਹਿਲਾਂ ਲੈ ਲਈਏ ਇਹਨੂੰ ਖਿੱਚ ਲਿਖ ਲਾਂਗੇ ਫਿਰ ਸੋਲਵ ਕਰਨਾ ਕੀ ਹੋ ਜਾਊਗਾ ਸੋਲਵ 1 2 1
ਤਿੰਨ ਛੇ ਇੱਕ ਐਕਸ ਵਾਈ ਤੇ ਬਰਾਬਰ ਕੀ ਹੈ ਜ਼ੀਰੋ ਠੀਕ ਹੈ ਜੀ ਆਹ ਦੋ ਦੂਜੇ ਪਾਸੇ ਜਾਊਗਾ ਕੀ ਹੋ ਜਾਊਗਾ ਜ਼ੀਰੋ ਹੁਣ ਆ ਇੱਕ ਕਰੀਏ ਆਪਾਂ ਸੋਲਵ ਕਰੀਏ ਤੇ ਬਰਾਬਰ ਕੀ ਹੋ ਗਿਆ ਜ਼ੀਰੋ ਦੋ ਉਧਰ ਚਲਾ ਗਿਆ ਤਾਂ ਜ਼ੀਰੋ ਹੁਣ ਛੇ ਵਾਈ ਮਾਈਨਸ ਵਾਈ ਟੂ ਥ੍ਰੀ ਕਾ ਸਿਕਸ ਮਾਈਨਸ ਮਾਈਨਸ ਪਲੱਸ ਟੂ ਐਕਸ ਜਾਂ ਟੂ ਐਕਸ ਪਲੱਸ ਤਿੰਨ ਵਾਈ ਮਾਈਨਸ ਛੇ ਐਕਸ ਬਰਾਬਰ ਜ਼ੀਰੋ ਹੁਣ ਐਕਸ ਵਾਲੀਆਂ ਰਕਮਾਂ ਆ ਦੋ ਹੈ ਮਾਈਨਸ ਛੇ ਐਕਸ ਪਲੱਸ ਦੋ ਐਕਸ ਮਾਈਨਸ ਚਾਰ ਐਕਸ ਵਾਈ ਤੇ ਆ ਵਾਈ ਮਾਈਨਸ ਵਾਈ ਪਲੱਸ ਤਿੰਨ ਵਾਈ ਦੋ ਕਾਮਨ ਨਿਕਲਦਾ ਪਿਆ ਤਾਂ ਦੋ ਡਿਵਾਈਡ ਕਰ ਲੋ ਮਾਈਨਸ ਦੋ ਐਕਸ ਪਲੱਸ ਵਾਈ ਬਰਾਬਰ ਜ਼ੀਰੋ ਆ ਵੀ ਠੀਕ ਹੈ ਆ ਵੀ ਨਹੀਂ ਦੋ ਕੱਢੋਗੇ ਤਾਂ ਵੀ ਜਵਾਬ ਠੀਕ ਹੈ ਕੱਢ ਦੋਗੇ ਤਾਂ ਜੀ ਕੋਈ ਪ੍ਰੋਬਲਮ ਨਹੀਂ